ਹਾਂਜੀ ਜੀ, ਕੀ ਹਾਲ ਚਾਲ ਹੈ? ਉਮੀਦ ਕਰਦੇ ਹਾਂ ਵਧੀਆ ਠੀਕ ਹੋ, ਘੈਂਟ ਹੋ। ਅਤੇ ਅੱਜ ਅਸੀਂ ਤੁਹਾਨੂੰ ਦਿਖਾ ਨਹੀਂ ਰਹੀ ਹਾਂ, ਤੁਹਾਨੂੰ ਜਦੋਂ ਦਿਖਾਓਗੀ ਉਦੋਂ ਹੈਲੋ ਹਾਏ ਕਰਿਓ। ਆ ਤੁਸੀਂ ਵੀ ਆ ਰਹੇ ਹੋ ਵਿੱਚ, ਹੁਣ ਇਹ ਬੈਠੇ ਪਏ ਹੈ ਅਤੇ ਟੇਬਲ 'ਤੇ ਬੈਠੇ ਹਾਂ, ਪ੍ਰੈਕਟਿਸ ਕਰ ਰਹੇ ਹਾਂ ਕਿਉਂਕਿ ਬਿਨਰ ਮੈਂ ਹੀ ਹੋਣਾ। ਅੱਜ ਅਸੀਂ ਲੈ ਕੇ ਆਏ ਨਵਾਂ ਚੈਲੰਜ ਅਤੇ ਦੇਖਦੇ ਹਾਂ, ਬਹੁਤ ਇੰਟਰਸਟਿੰਗ ਹੋਣ ਵਾਲਾ ਹੈ। ਅਸੀਂ ਵੀ ਦੇਖਣਾ, ਤੁਸੀਂ ਵੀ ਨਾਲ ਦੇਖਦੇ ਰਹਿਣਾ, ਬਣੇ ਰਹੋ ਤੇ ਦੇਖਦੇ ਆ ਕੀ ਚੈਲੰਜ ਵਲੌਗ ਹੈ, ਕੀ ਕਰਨਾ ਅਸੀਂ ਅੱਜ। ਅੱਜ ਇਹ ਦੱਸੂਗੀ ਕੀ ਕਰਨਾ। ਆ ਦੇਖ ਲਓ, ਸਜਾ ਕੇ ਪਹਿਲਾਂ ਹੀ ਬਿਠਾਤੀ ਹੈ। ਇਹ ਨਾ ਕਹਿਣ ਕਿ ਇਹ ਪਹਿਲਾਂ ਪ੍ਰੈਕਟਿਸ ਕਰਨ ਦੀ ਜਾਂ ਕੀ ਕਰਦੀ ਵੀ ਸੀਗੀ। ਤੇ ਬਸ ਹੁਣ ਅਸੀਂ ਸ਼ੁਰੂ ਕਰਦੇ ਹਾਂ ਆਪਣਾ ਵਲੌਗ। ਹਾਂਜੀ ਜੀ, ਅਸੀਂ ਖੜੇ ਆ। ਆ ਦੇਖ ਲਓ, ਬੱਚਿਆਂ ਨੇ ਪਾੜ ਹੀ ਦੇਣਾ ਤੁਸੀਂ ਆਹ ਕੰਮ ਕਰਨਾ, ਤੇ ਅਸੀਂ ਬੈਲੂਨ ਫੁਲਾਣੇ ਆ ਕਿਉਂਕਿ ਬੱਚਿਆਂ ਨੇ ਕੰਮ ਕਰਨੇ ਆ। ਬਹਿਣਗੇ ਮਤਲਬ ਕਿ ਇੱਦਾਂ ਦਾ ਕੰਮ ਅਸੀਂ ਨਾਲ ਖੇਲਾਂਗੇ ਬੱਚਿਆਂ ਦੇ, ਕੋਈ ਨਾ ਕੋਈ ਖੇਲ ਮੈਂ ਅਸੀਂ ਕਾਫੀ ਇੱਦਾਂ ਦੇ ਚਾੜੇ ਆ ਜਿਹੜੇ ਤੁਸੀਂ ਬੱਚਿਆਂ ਨਾਲ ਕਰ ਸਕਦੇ ਬਹਿ ਕੇ। ਇਹ ਤਾਂ ਜਿਹੜੇ ਤੁਹਾਡੇ ਬੱਚੇ ਆ ਉਹ ਸਿਖਾਉਣਾ, ਜਿਹਨਾਂ ਨੂੰ ਉਹਨਾਂ ਤੋਂ ਵੀ ਬੱਚੇ ਆ, ਤੇ ਬਾਕੀ ਏਦਾਂ ਕਿ ਵਧੀਆ ਕਿ ਤੁਸੀਂ ਘਰ ਬਿਠਾ ਕੇ ਬੱਚਿਆਂ ਨੂੰ ਕੁਛ ਨਾ ਕੁਛ ਖੇਲ ਸਕਦੇ ਆ। ਛੋਟੀ ਛੋਟੀਆਂ ਗੱਲਾਂ ਸੀ, ਤੇ ਥੋੜਾ ਵੇਟ ਆ ਹੈ ਪਲਾਸਟਿਕ ਦੀਆਂ, ਇਹਨਾਂ ਨੂੰ ਅਸੀਂ ਬਲੂਨ ਫੈਲਾਉਣਾ ਹੈ ਤੇ ਜਿਲੇ ਹਵਾ ਭਰ ਗਈ ਤੇ ਇਹਨਾਂ ਨੂੰ ਰੇੜਨਾ ਸੀ, ਇਦਾਂ ਹੀ ਪੁੱਟੀਆਂ ਇਹਨਾਂ ਨੂੰ ਇੱਥੇ ਤੱਕ ਪਹੁੰਚਾਉਣਾ, ਜਿਹੜਾ ਪਹੁੰਚਾ ਗਿਆ ਜਾਂ ਵੱਧ ਉਹ ਵਿਨਰ ਹੈ। ਬਾਕੀ ਹੁਣ ਅਸੀਂ ਸ਼ੁਰੂ ਕਰਦੇ ਹਾਂ, ਇਹੀ ਮਤਲਬ ਤੇ ਨਾਲੇ ਵਿਨਰ ਤਾਂ ਹੋਏਗਾ ਹੀ ਤੇ ਜਿੱਤ ਹਾਰ ਵਿੱਚ ਸਜ਼ਾ ਵੀ ਜ਼ਰੂਰ ਕੁਛ ਨਾ ਕੁਛ ਅਸੀਂ ਰੱਖਾਂਗੇ। ਜ਼ਰੂਰੀ ਨਹੀਂ ਵੀ ਇੱਥੇ ਤੱਕ ਹੀ ਪਹੁੰਚਾਉਣਾ ਹੈ, ਹਾਂਜੀ ਥੱਲੇ ਵੀ ਡੇਗੀ ਤਾਂ ਕੋਈ ਚੱਕਰ ਨਹੀਂ, ਥੱਲੇ ਵੀ ਨਹੀਂ ਡਗਾਣੀ। ਦੋਵਾਂ ਨੇ ਤਿੰਨ ਤਿੰਨ ਗਲਾਸੀਆਂ ਇੱਥੇ ਪਜਾਣੀਆਂ, ਔਰ ਜਿਹੜੀਆਂ ਤਿੰਨ ਪਹਿਲਾਂ ਪਹੁੰਚੀਆਂ ਨੇ ਚੌਥੀ ਚੋਕ ਕੇ ਨਾਲ ਉਹ ਪਜਾਣ ਲੱਗ ਪੂਰਾ ਫਾਲਤੂ ਹੀ ਜਾਊਗਾ, ਸੱਤ ਗਲਾਸੀਆਂ ਹੋ ਗਈਆਂ। ਅੱਜ ਕਿਉਂਕਿ ਥੋੜਾ ਜਿਹਾ ਨਾ ਮੈਂ
ਪ੍ਰੈਕਟਿਸ ਨਹੀਂ ਕੀਤੀ ਸਵੇਰ ਦੀ ਕਰਦੀ ਵੀ ਦੇਖਿਆ ਜਿਹੜੀਆਂ ਦੋ ਗਲਾਸੀਆਂ ਨੇ ਜਿਹੜੀਆਂ ਡਿੱਗੀਆਂ ਮੇਰੀ ਵੀ ਡਿੱਗੀ ਮੈਂ ਤੇਰੀ ਵੀ ਡਿੱਗੀ ਹੈ ਪਰ ਮੈਂ ਫਿਰ ਵੀ ਕੌਂਕੀ ਲੈ ਮੈਂ ਸਮਝਿਆ ਨਹੀਂ ਆ ਕੀ ਹੈ ਇਹ ਜਿੱਤ ਹਾਰਦਾ ਹੁਣ ਮੈਂ ਇਹਨੇ ਦੇਣਾ ਨਹੀਂ ਅੱਜ ਚਲੋ ਇਦਾਂ ਕਰਨਾ ਕੁਛ ਨਹੀਂ ਹੋਣਾ ਹੁਣ ਅੱਜ ਮੈਂ ਪਹਿਲੀ ਵਾਰੀ ਖਰੀਦ ਦਿੱਤੀ ਹੈ ਬਹੁਤ ਬਹੁਤ ਟਾਈਮ ਬਾਅਦ ਦਿੱਤੀ ਹੈ ਮੈਂ ਆ ਵੀ ਜਿੱਤ ਗਿਆ ਅੱਜ ਕਿ ਮੈਂ ਕਹਾ ਹਾਰ ਹੀ ਜਾਣਾ ਹੈ ਜਿੱਤ ਗਿਆ ਚੱਲ ਲੂਗੇ ਚੱਲੂ ਲੱਗਦਾ ਵੀ ਤੁਹਾਨੂੰ ਦੱਸੋ ਚੱਲੇ ਲੱਗਦੇ ਹੁਣ ਮੈਂ ਲਿਆਉਣੀ ਆ ਤੁਹਾਡੇ ਲਈ ਸਪੈਸ਼ਲ ਡਿਸ਼ ਤਾਂ ਮੈਂ ਵੀ ਸਪੈਸ਼ਲ ਖਾਊਂਗੀ ਦੇਖਦੇ ਹਾਂ ਦੇਖੋ ਜੀ ਕੋਈ ਉਹ ਨਹੀਂ ਪਕਸ਼ਪਾਤ ਨਹੀਂ ਜਿਹੜਾ ਵਿਨਰ ਹੈ ਪਕਸ਼ਪਾਤ ਨਹੀਂ ਹੈ ਜਿਹੜਾ ਵਿਨਰ ਹੈ ਉਹਨੂੰ ਵੀ ਮਿਲੇਗਾ ਤੇ ਜਿਹੜਾ ਮਤਲਬ ਕਿ ਹਾਰਿਆ ਹੋਇਆ ਹੈ ਉਹਨੂੰ ਵੀ ਸਭ ਉਹਨੂੰ ਤਾਂ ਦੇਣਾ ਹੀ ਹੈ ਉਹਨੂੰ ਵੀ ਮਿਲੇਗਾ ਤੇ ਮੈਂ ਪਹਿਲਾਂ ਗਲਾਸ ਲੈ ਕੇ ਚੱਲੀ ਵੀ ਮੈਂ ਚ ਸਿਰਕਾ ਪਾ ਕੇ ਲੈਣੀ ਆ ਫਿਰ ਮੈਂ ਮਾਈਂਡ ਚੇਂਜ ਕਰ ਲਿਆ ਕਿਉਂ ਨਾ ਅੱਜ ਕਰੇਲੇ ਖਾਏ ਜਾਣ ਕਰੇਲੇ ਹੈਗੇ ਆ ਇਹ ਕਰੇਲੇ ਖਾਣਗੇ ਤੇ ਮੈਂ ਆਹਾ ਠੰਡਾ ਠੰਡਾ ਚੋ ਆ ਦੇਖੋ ਜੀ ਕੋਈ ਵਿਕਤਰਾ ਨਹੀਂ ਹੈਗਾ ਕੋਈ ਉਹ ਹੈ ਨਹੀਂ ਤੁਹਾਨੂੰ ਚ ਖਾਦਾ ਕਰੇਲਾ ਕਿਦਰਾ ਮੈਂ ਦੱਸਦੀ ਆ ਖਾ ਕੇ ਦੱਸੋ ਮੈਂ ਤਾਂ ਖਾਣ ਲੱਗੀ ਆ ਪਿੱਛੇ ਦੇ ਕਿੰਨੀ ਸੋਹਣੀ ਸਿੰਦਰੀ ਹੈ ਮੈਨੂੰ ਪਰੇ ਕਰਨ ਦੇ ਹੈ ਤੇ ਪਰੇ ਹੋ ਜਾ ਹੈ ਤੇ ਇਹਨਾਂ ਨੇ ਖਾਇਆ ਨਾ ਕੋਈ ਕੋਈ ਵਾਰ ਨਹੀਂ ਨਾ ਇਹ ਤਾਂ ਸਭ ਫੇਵਰੇਟ ਚੀਜ਼ਾਂ ਦੀ ਗੱਲ ਖਾਓਗੇ ਹੁਣ ਦੇ ਦੇ ਲੈਣਾ ਪਤਾ ਨਹੀਂ ਕਿੱਦਾਂ ਤੁਹਾਨੂੰ ਤੋੜ ਲਓ ਖਾਣ ਨੂੰ ਮੈਂ ਖਾ ਜਾਣਾ ਕਰੇਲਾ ਖਾ ਜਾਣਾ ਮੈਂ ਤਾਂ ਪਹਿਲਾਂ ਖਾਓ ਤਾਂ ਲਈ ਪਹਿਲੇ ਮੂੰਹ ਬਣਾ ਲਿਆ ਬਹੁਤ ਕੋੜਾ ਮੂੰਹ ਨਹੀਂ ਨਿਕਲਦਾ ਲੈ ਲੈ ਜਾਣਾ ਕਿੱਥੇ ਹੈ ਜਾਣਾ ਕਿੱਥੇ ਹੈ ਸਾਰੇ ਕੀਟਾਣੂ ਮਾਰਦੇ ਨੇ ਗੁੱਸੇ ਵਾਲੇ ਮੈਂ ਗੁੱਸਾ ਕਰਦਾ ਹੀ ਨਹੀਂ ਆਪਣੀ ਜਿਹੜੀ ਬੜੀ ਲੋਕੀ ਪਤਾ ਕਿੱਦਾਂ ਖਾ ਲੈਂਦੇ ਜੂਸ ਬਣਾ ਬਣਾ ਕੇ ਦਾ ਕਿੱਦੇ ਮਜ਼ਾ ਆ ਰਿਹਾ ਬਸ ਬਾਕੀ ਹੁਣ ਇਹ ਕਰੇਲਾ ਖਾ ਲੈਣ ਜੋ ਵੀ ਕਰ ਲੈਣ ਮੈਂ ਕੁਲਫੀ ਖਾ ਲੈਂਦੀ ਖਾਣਾ ਨੀ ਬਸ ਕੋਈ ਗੱਲ ਨਹੀਂ ਪੈਸੇ ਬੰਦ ਕਰਦੀ ਕੁੜੀ ਨੇ ਅਸੀਂ ਕਰੇਲਾ ਬੰਦ ਕਰਦਾ ਬਾਕੀ ਤੁਸੀਂ ਨਹੀਂ ਖਾਣਾ ਤੇ ਇਹਦੇ ਵਟੇ ਪੈਸੇ ਦੇ ਦਿਓ ਪੈਸੇ ਲੈ ਲੈ ਆਹੋ ਤੇ ਜਾ ਕਰੇਲਾ ਪੂਰਾ ਖਾਓ ਗੱਲਾਂ ਤੂੰ ਦੇ 100 ਰੁਪਏ ਮੈਂ ਹੁਣ ਕਰੇਲਾ ਖਾਣ ਵਾਲਾ ਹੀ ਮੈਂ ਕਹਦੇ ਹਾਂ ਬਾਕੀ ਜਿਹੜਾ ਤੁਹਾਡੇ ਨਾਲ ਛੋਟਾ ਜਿਹਾ ਬਲੌਗ ਸ਼ੇਅਰ ਕੀਤਾ ਚੈਲੰਜਰ ਵਧੀਆ ਲੱਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਇਹਨਾਂ ਦੇ ਜਿਹੜਾ ਇਹਨਾਂ ਨੂੰ ਪਨਿਸ਼ਮੈਂਟ ਦਿੱਤੀ ਇਹਨਾਂ ਨੇ ਪੂਰੀ ਨਹੀਂ ਕੀਤੀ ਕਰਦਾ ਮੈਂ ਦੇਖ ਲਓ ਅੱਗੇ ਤਾਂ ਮੈਂ ਵੀ ਨਹੀਂ ਕਰਨੀ ਹੈ ਛੇਕ ਹੀ ਬੜੀ ਹੀ ਹਾਂ ਕਰੇਲਾ ਤਾਂ ਮੈਂ ਇੱਦਾਂ ਹੀ ਚਬਾ ਚਬੂ ਕੇ ਖਾ ਜਾਂਦਾ ਬਾਕੀ ਹੁੰਦਾ ਸੀ ਮਿਲਦੇ ਹਾਂ ਨੈਕਸਟ ਵਲੌਗ ਵਿੱਚ ਉਦੋਂ ਤੱਕ ਬਾਏ ਤੇ ਵਧੀਆ ਲੱਗੀ ਵੀਡੀਓ ਨੂੰ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਜ਼ਰੂਰ ਮਿਲਦੇ ਹਾਂ ਨੈਕਸਟ ਵਲੌਗ ਵਿੱਚ ਬਾਏ ਟੇਕ ਕੇਅਰ ਬਹੁਤ ਵਧੀਆ ਹੁੰਦਾ ਸਿਹਤ ਲਈ